ਐਸਵਾਈਐਲ ਦਾ ਮਾਮਲਾ ਦਿਨ ਬ ਦਿਨ ਭਖਦਾ ਜਾ ਰਿਹਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਐਸਵਾਈਐਲ ਮਾਮਲੇ ਤੇ ਤਿੱਖੀ ਪ੍ਰਕਿਰਿਆ ਦਿੰਦਿਆਂ ਇਸ ਨੂੰ ਇਨੈਲੋ ਪਾਰਟੀ ਦਾ ਰਾਜਨੀਤਿਕ ਸਟੰਟ ਹੀ ਦੱਸਿਆ ਏ। ਸੰਦੀਪ ਸੰਧੂ ਅਨੁਸਾਰ ਇਨੈਲੋ ਪਾਰਟੀ ਵੱਲੋਂ 10 ਜੁਲਾਈ ਨੂੰ ਪੰਜਾਬ ਦੀਆਂ ਗੱਡੀਆਂ ਰੋਕਣ ਦਾ ਫੈਸਲਾ ਮਹਿਜ ਇੱਕ ਰਾਜਨੀਤਿਕ ਚਾਲ ਹੈ, ਜਦਕਿ ਇਸ ਮੁੱਦੇ ਤੇ ਕੇਂਦਰ ਦੇ ਦਖਲ ਦੇਣ ਤੋਂ ਬਾਅਦ ਦੋਹਾਂ ਰਾਜਾਂ ਦੀ ਦੁਬਾਰਾ ਤੋਂ ਸਾਂਝੀ ਬੈਠਕ ਹੋਵੇਗੀ ਅਤੇ ਪਾਣੀ ਦੀ ਸਮੀਖਿਆ ਕੀਤੀ ਜਾਵੇਗੀ ਕਿ ਦੋਹਾਂ ਰਾਜਾਂ ਕੋਲ ਆਪਣੀ ਲੋੜ ਅਨੁਸਾਰ ਪਾਣੀ ਮੌਜੂਦ ਹੈ ਜਾਂ ਫਿਰ ਨਹੀਂ। ਦੇਖੋ, ਹੱਲ ਦੇ ਤਰੀਕੇ ਬਹੁਤ ਹੈ। ਪ੍ਰਧਾਨ ਮੰਤਰੀ ਜੀ ਨੇ, ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਇਸ ਮੁੱਦੇ 'ਤੇ ਕਾਫੀ ਦੇਰ ਤੋਂ ਇਸ ਮੁੱਦੇ ਨਾਲ ਪਾਰਟੀ ਦੇ ਤੌਰ 'ਤੇ ਵੀ ਅਤੇ ਇਕੱਲੇ ਤੌਰ 'ਤੇ ਵੀ ਜੁੜੇ ਹੋਏ ਆ। ਉਹਨਾਂ ਦੀ ਪ੍ਰਧਾਨ ਮੰਤਰੀ ਨਾਲ ਇਸ ਨੂੰ ਲੈ ਕੇ ਮੀਟਿੰਗ ਵੀ ਹੋਈ ਆ। ਪ੍ਰਧਾਨ ਮੰਤਰੀ ਵੀ ਇਹੀ ਚਾਹੁੰਦੇ ਆ ਕਿ ਇਸ ਦਾ ਹੱਲ ਗੱਲਬਾਤੀ ਰਾਹੀਂ ਬੈਠ ਕੇ ਨਿਕਲਿਆ ਜਾਵੇ। ਮੇਰੇ ਹਿਸਾਬ ਦੇ ਨਾਲ ਅਗਲੇ ਕੁਝ ਦਿਨਾਂ ਦੇ ਵਿੱਚ ਦੋਨਾਂ ਸਟੇਟਾਂ ਦੇ ਸੀਨੀਅਰ ਜਿਹੜੇ ਆਫਿਸਰ ਸਾਹਿਬਾਨ ਹੈ ਉਹ ਬੈਠ ਕੇ ਦੇਖਣਗੇ ਵੀ ਕਿੰਨਾ ਪਾਣੀ ਸਾਡੇ ਕੋਲ ਹੈਗਾ ਅੱਜ ਦੇ ਦਿਨ 'ਚ, ਕਿੰਨਾ ਆਲਰੇਡੀ ਦੇਈ ਜਾਂਦੇ ਹੈ, ਕਿੰਨਾ ਸਾਨੂੰ ਉਦੋਂ ਮਿਲਦਾ ਸੀ। ਸਾਨੂੰ ਦੇਖੋ, ਜਿੰਨਾ ਜਿਹਨੂੰ ਮਿਲ ਰਿਹਾ ਉਹ ਤਾਂ ਸਭ ਨੂੰ ਮਿਲੀ ਜਾ ਰਿਹਾ, ਪਰ ਕਿਸੇ ਨੇ ਇਹ ਨਹੀਂ ਦੇਖਿਆ ਜਿਹੜਾ ਪੰਜਾਬ ਨੂੰ ਉਦੋਂ ਮਿਲਦਾ ਸੀ ਕਿ ਅੱਜ ਦੇ ਦਿਨ 'ਚ ਉਹ ਉਹਨਾਂ ਨੂੰ ਮਿਲ ਰਿਹਾ।